ਇਹ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਮਰਡਰ ਦੀ, ਤੇ ਜਦੋਂ ਅਸੀਂ ਜਾ ਕੇ ਮੌਕੇ ਤੇ ਦੇਖਿਆ ਤਾਂ ਉੱਥੇ ਲੇਡੀ ਦੀ ਡੈੱਡ ਬੋਡੀ ਬੈੱਡ ਦੇ ਉੱਪਰ ਪਈ ਸੀਗੀ, ਤੇ ਸਾਡੀ ਟੀਮ ਨੇ ਇਨਵੈਸਟੀਗੇਸ਼ਨ ਨੂੰ ਉਪਰੰਤ ਇਹ ਚੀਜ਼ ਪਾਈ ਕਿ ਉਹਦੇ ਹਸਬੈਂਡ ਹੀ ਉਹਦਾ ਕਾਤਲ ਨਿਕਲਿਆ, ਤੇ ਆਫਟਰ ਇਨਵੈਸਟੀਗੇਸ਼ਨ ਅਸੀਂ ਉਹਦੇ ਹਸਬੈਂਡ ਦੀ ਅਰੈਸਟ ਪਾਤੀ ਹੈ। ਸਰ ਵਜ੍ਹਾ ਰੰਜਿਸ਼ ਕੀ, ਕਿਵੇਂ ਟ੍ਰੈਕ ਹੋਇਆ? ਵਜ੍ਹਾ ਰੰਜਿਸ਼ ਇਹ ਸੀ ਕਿ ਆਪਣੀ ਵਾਈਫ 'ਤੇ ਉਹ ਕਰੈਕਟਰ 'ਤੇ ਸ਼ੱਕ ਕਰਦਾ ਸੀਗਾ। ਉਹ ਬੀਤੀ ਰਾਤ ਉਹਦੇ ਭਰਾ ਨਾਲ ਹੀ ਉਹਦੀ ਗੱਲ ਹੋਈ ਸੀ, ਮਤਲਬ ਉਹਦੀ ਵਾਈਫ ਦੀ, ਮੁੰਡੇ ਦੇ ਪਤੀ ਦੇ, ਮਤਲਬ ਆਪਣੇ ਦਿਓਰ ਨਾਲ ਹੋਈ ਸੀ, ਅਤੇ ਦਿਓਰ ਨਾਲ ਉਹ ਸ਼ੱਕ ਕਰਨ ਲੱਗ ਗਿਆ ਕਿ ਇਹਦੇ ਨਾਲ ਕੋਈ ਇਲਿਸਿਟ ਰਿਲੇਸ਼ਨ ਹੈਗੇ ਆ, ਜਿਹਦੇ ਚੱਲਦੇ ਉਹਦਾ ਕੋਈ ਤਕਰਾਰ ਹੋਇਆ ਪਹਿਲਾਂ ਤਾਂ, ਫਿਰ ਉਹ ਬਾਅਦ ਗੁੱਸੇ 'ਚ ਆ ਕੇ ਉਹਨੇ ਆਪਦੀ ਪਤਨੀ ਦਾ ਗਲ ਘੋਟਤਾ। ਸਰ ਪਿੱਛੇ ਫੈਮਿਲੀ 'ਚ ਕੌਣ ਕੌਣ ਨੇ ਔਰ ਆਰੋਪੀ ਕੀ ਕਰਦਾ ਹੈ, ਕੰਮ ਕਰਦਾ? ਆਰੋਪੀ ਜਿਹੜਾ ਹੈਗਾ ਉਹ ਇੱਥੇ ਲੋਕਲ ਸੰਤ ਪੈਟਰੋਲ ਪੰਪ ਹੈ, ਉੱਥੇ ਦਤੌਰ ਕਰਿੰਦਾ ਕੰਮ ਕਰਦਾ, ਅਤੇ ਇਹਨਾਂ ਦਾ ਇੱਕ 4 ਸਾਲ ਦਾ ਬੱਚਾ ਹੈ, ਉਹ ਪੜ੍ਹਦਾ ਉੱਥੇ, ਬਾਕੀ ਸਾਰੀ ਫੈਮਿਲੀ ਇਹਨਾਂ ਦੀ ਉਰਈਆ ਵਿੱਚ ਹੀ ਹੈ। ਕੋਈ ਜਾਂਚ ਪਤਾ ਲੱਗਿਆ, ਕੋਈ ਲਿਵਿੰਗ ਤਾਂ ਨਹੀਂ ਰਹਿੰਦਾ ਕਿਸੇ ਨਾਲ, ਰੋਪੀ ਜਾਂ ਕੁਛ ਹੋਰ ਇਸ ਤਰ੍ਹਾਂ ਦਾ? ਨਹੀਂ, ਐਸਾ ਕੁਛ ਨਹੀਂ।